ਕਦੋਂ ਤੁਹਾਨੂੰ ਪਹਿਲੀ ਵਾਰ ਪਤਾ ਚੱਲਿਆ ਸੀ ਕਿ ਬਲਵਿੰਦਰ ਸਿੰਘ ਜਟਾਣਾ ਵੀ ਖਾੜਕੂ ਲਹਿਰ ਦੇ ਨਾਲ ਜੁੜ ਗਏ ਨੇ, ਉਹਨਾਂ ਦੇ ਵੱਲੋਂ ਵੀ ਉਸ ਖਾੜਕੂ ਲਹਿਰ ਦੇ ਵਿੱਚ ਜੋੜ ਕੇ ਕੰਮ ਕੀਤਾ ਜਾ? ਅਸੀਂ ਗੱਲਾਂ ਕਰ ਰਹੇ ਆਪਸ 'ਚ, ਸੈਂਟੀਮੈਂਟਲ ਹੋਏ ਸੀ, ਜਦ ਨੂੰ ਉੱਥੇ ਪੁੱਲਾ ਆ ਗਿਆ। ਉਹ ਪੁੱਲੇ ਦਾ ਸੁਭਾਅ ਗਰਮ ਸੀ, ਉਹ ਕਹਿੰਦਾ ਜੀ ਕੋਈ ਨਹੀਂ ਮੈਂ ਦੇਖ ਦਿੰਦਾ ਕਿਹੜਾ ਜਟਾਣਾ ਜਟੂਣਾ। ਅਸੀਂ ਤਾਂ ਉੱਥੋਂ ਵਾਪਸ ਚਲੇ ਗਏ ਲੁਧਿਆਣੇ ਨੂੰ। ਇਹ ਉੱਥੇ ਪਹੁੰਚ ਗਿਆ ਉਹਦੇ ਜਟਾਣੇ ਪਿੰਡ, ਉੱਥੇ ਇਹਨਾਂ ਨੇ ਗੂਣੀਆਂ ਗੂਣੀਆਂ ਮਾਰ ਕੇ ਘਰ ਨੂੰ ਅੱਗ ਲਾ ਕੇ ਉਹ ਬੰਦੇ ਉੱਤੇ ਫੂਕ। ਚਰਚਾ ਹੋਈ ਸੀ ਕਿ ਸੁਮੇਧ ਸਿੰਘ ਸੈਣੀ ਨੇ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਸੀ ਔਰ ਇਹ ਕਿਹਾ ਸੀ ਕਿ ਆਪਾਂ ਬਦਲਾ ਲੈਣਾ ਜੋ ਹੋਇਆ। ਮੇਰੇ ਨਾਲ ਸਿਰਫ ਦੋ ਬੰਦੇ ਸੀ, ਸਿੰਪਲ, ਇੱਕ ਸਾਡੇ ਕੋਲ ਪਿਸਤੌਲ ਸੀ, ਵੈਪਨ ਸਾਡੇ ਕੋਲ ਕੋਈ ਹੈ ਨਹੀਂ ਸੀ। ਫਿਰ ਮੈਂ ਇਹ ਗੱਲ ਕਹੀ ਸੀ, ਮੈਂ ਕਿਹਾ ਜੀ ਕੋਈ ਨਹੀਂ ਮੈਂ ਜਾਂਦਾ, ਮੈਂ ਉੱਥੋਂ ਵੈਪਨ ਲੈ ਕੇ SLR ASR ਸਾਰੇ ਵੈਪਨ ਉੱਪਰ ਲੈ ਕੇ ਉੱਥੋਂ ਆਇਆ। ਮੇਰੇ ਆਉਣ ਤੱਕ ਜਦ ਪਤਾ ਲੱਗਿਆ ਕਿ ਪੂਲੇ ਨੇ ਕੰਮ ਕਰਤਾ। 26 ਸੈਕਟਰ ਇੱਕ SYL ਦਾ ਦਫ਼ਤਰ ਸੀ, ਉੱਥੇ ਚੀਫ ਇੰਜੀਨੀਅਰ ਸੀ ਸੀਕਰੀ, ਇਹਨਾਂ ਨੇ ਸੀਕਰੀ ਅਤੇ ਇੱਕ ਐਕਸੀਅਨ ਸੀਗਾ, ਉਹਨਾਂ ਦੋਨਾਂ ਦੇ ਗੋਲੀਆਂ ਮਾਰਤੀਆਂ, ਉਹ ਮਰ ਗਏ। ਉੱਧਰੋਂ ਚੀਫ ਮਿਨਿਸਟਰ ਭਜਨ ਲਾਲ ਦੇ ਦੋ ਪ੍ਰਾਈਵੇਟ ਸੈਕਟਰੀ ਜਿਹੜੇ ਉਹ ਮਾਰਤੇ, ਹਿਤਬ ਲਾਸ਼ੀ ਮਾਰਤਾ। ਇੱਕ ਹਾਈ ਪਾਵਰ ਬਿਜਲੀ ਦੀ ਨਾ ਤਾਰ ਜਾਂਦੀ ਹੈ ਇੱਧਰੋਂ ਦਿੱਲੀ ਤੱਕ, ਉਹਦੇ ਥੱਲੇ ਸ਼ਾਇਦ ਜੇ ਤੁਹਾਨੂੰ ਯਾਦ ਹੋਵੇ ਤਾਂ ਬਿਜਲੀ ਤਾਰ ਦੇ ਥੱਲੇ PAP ਦੇ ਪੱਕੀਆਂ ਚੌਂਕੀਆਂ ਬਣਾਉਂਦੀਆਂ ਸੀ ਅਤੇ ਉਹਦੀ ਪ੍ਰੋਟੈਕਸ਼ਨ ਲਈ ਪੁਲਿਸ ਉੱਥੇ ਬੈਠਦੀ ਸੀ। ਰਾਤ ਨੂੰ ਗਸ਼ਤ ਵੀ ਦੋ ਦੋ ਤਿੰਨ ਤਿੰਨ ਕਿਲੋਮੀਟਰ ਦੀ ਕਰਦੇ ਸੀ। ਇਹ ਕਹਿੰਦੇ ਵੀ ਨਾ ਤਾਂ ਅਸੀਂ ਦਿੱਲੀ ਬਿਜਲੀ ਜਾਣ ਦੇਣੀ ਹੈ, ਨਾ ਅਸੀਂ ਪਾਣੀ ਜਾਣ ਦੇਣਾ। ਵਿੱਚ ਵੀ ਟੱਕ ਲਾਇਆ ਗਿਆ ਸੀ ਇਹਨਾਂ ਦੇ ਵੱਲੋਂ, ਉਹਦੇ ਵਿੱਚ ਵੀ ਪਾਣੀ ਜਿਹੜਾ ਹੈ ਉੱਥੋਂ ਕਾਫੀ ਘੱਟਦਾ ਸੀਗਾ, ਉਹ ਕਿਸਦੇ ਵੱਲੋਂ ਕੱਢਿਆ ਗਿਆ? ਉਹ ਚਰਨਜੀਤ ਨੇ ਜਿਹੜਾ ਕਈ ਲੈ ਗਏ, ਕਈ ਨਾ ਉਹਨੇ ਪੱਟ ਗਏ, ਉਹ ਪਾਣੀ ਦਾ ਜਿਉਂ ਜਿਉਂ ਹਾਵ ਵਧਿਆ ਅਤੇ ਉਹ ਤੋਂ ਪਾੜ ਪਈ ਗਿਆ, ਉਹ 250 ਫੁੱਟ ਦੇ ਕਰੀਬ ਪੱਟ ਗਈ ਸੀ ਨਹਿਰ, ਉਦੋਂ ਬਹੁਤ ਰੌਲਾ ਪਿਆ ਸੀ। ਗੋਲੀਆਂ ਪਹਿਲਾਂ ਮਾਰੀਆਂ ਜਾਂਦੀਆਂ ਨੇ ਫਿਰ ਅੱਗ ਲਗਾ ਦਿੱਤੀ ਜਾਂਦੀ ਹੈ, ਤਾਂ ਉਦੋਂ SSP ਰੋਪੜ ਮੁਹੰਮਦ ਮੁਸਤਫਾ ਸੀਗੇ, ਤਾਂ ਉਹਨਾਂ ਨੇ ਕੀ ਇਹ ਸ਼ਿਕਾਇਤ ਉਦੋਂ DGP DS ਮਾਂਗੜ ਨੂੰ ਵੀ ਕੀਤੀ ਸੀ ਕਿ ਇਹ ਸਾਰਾ ਸੈਣੀ ਕਰਕੇ ਹੋਇਆ? ਬਿਲਕੁਲ, ਮਾਂਗੜ ਨੂੰ ਸ਼ਿਕਾਇਤ ਵੀ ਕੀਤੀ ਸੀ। ਮੇਰੇ ਕੋਲ ਸਰਕਾਰੀ ਘਰ ਸੀ ਪੁਲਿਸ ਲਾਈਨ ਲੁਧਿਆਣੇ, ਸਭ ਤੋਂ ਪਹਿਲਾਂ ਮੇਰਾ ਨਾਮ ਲੱਗਿਆ ਵੀ ਪਿੰਕੀ ਕਰ ਗਿਆ। ਇਹਨੇ ਫਿਰ ਮੈਨੂੰ ਉੱਥੋਂ ਬੁਲਾ ਕੇ ਨਾ 26 'ਚ ਓਪਰੇਸ਼ਨ ਸੈੱਲ ਹੈ ਅਤੇ ਤਕਰੀਬਨ 1.5 ਮਹੀਨਾ ਉੱਥੇ ਪ੍ਰੋਟੈਕਸ਼ਨ 'ਚ ਬਿਠਾਈ ਰੱਖਿਆ। ਔਰ ਖਾਸ ਤੌਰ ਦੇ ਉੱਤੇ ਚੰਨੇ ਦਾ ਜਦੋਂ ਇਨਕਾਊਂਟਰ ਹੁੰਦਾ ਹੈ ਤਾਂ ਇਸਦਾ ਬਦਲਾ ਹਵਾਰਾ ਉਹਨਾਂ ਦੇ ਵੱਲੋਂ ਲਿੱਤਾ ਜਾਂਦਾ ਹੈ? ਉਹ ਜਿਹੜਾ ਬੰਦਾ ਸੀ ਨਾ ਡਾਕਟਰ ਚੂਨੀ ਵਾਲਾ, ਉਹ ਜਦੋਂ ਜੇਲ੍ਹ ਤੋੜ ਕੇ ਭੱਜਿਆ ਜਨਵਰੀ 'ਚ, ਉਹਨੇ ਪਹਿਲਾਂ ਜਾ ਕੇ ਉਹੀ ਮਾਰਿਆ ਡਾਕਟਰੀ। ਉਦੋਂ ਮੈਂ CA ਇੰਸਪੈਕਟਰ ਸਰਹੰਦ ਸੀਗਾ, ਮੈਂ ਮੌਕੇ 'ਤੇ ਗਿਆ ਸੀ। ਮਾਰਨ ਦਾ ਕੀ ਕਾਰਨ ਸੀ? ਉਹਨੇ ਮਰਾਏ ਸੀ ਇਹ ਚੰਨਾ ਅਤੇ ਜਟਾਣਾ, ਇਸ ਕਰਕੇ ਮੈਂ ਉਹਨੂੰ ਮਾਰਿਆ। ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ SYL ਗਾਣੇ ਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਦੇ ਜ਼ਿਕਰ ਤੋਂ ਬਾਅਦ ਅੱਜ ਦੇ ਦੌਰ ਦੇ ਵਿੱਚ ਹਰ ਕੋਈ ਬਲਵਿੰਦਰ ਸਿੰਘ ਜਟਾਣਾ ਦੇ ਬਾਰੇ ਜਾਣਨਾ ਚਾਹੁੰਦਾ ਹੈ। ਬਲਵਿੰਦਰ ਸਿੰਘ ਜਟਾਣਾ ਦੇ ਬਾਰੇ ਔਰ ਉਹਨਾਂ ਦੇ ਪਰਿਵਾਰ ਦੇ ਬਾਰੇ ਲੋਕਾਂ ਨੂੰ ਇਸ ਵੇਲੇ ਜਾਣਨ ਦੇ ਵਿੱਚ ਇਹ ਇੱਛਾ ਜ਼ਾਹਰ ਹੋ ਰਹੀ ਹੈ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਕੀ ਵਾਪਰਿਆ, ਤਾਂ ਜਿਨ੍ਹਾਂ ਨੇ ਇਹ ਤਮਾਮ ਕੇਸ ਆਪਣੇ ਹੱਥਾਂ ਦੇ ਵਿੱਚੋਂ ਕੱਢਿਆ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਸਾਬਕਾ ਪੁਲਿਸ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਹੋਣੀ ਮੌਜੂਦ ਨੇ, ਜਿਨ੍ਹਾਂ ਨੇ ਬਹੁਤ ਨੇੜਿਓਂ ਇਹਨਾਂ ਕੇਸਿਸ ਨੂੰ ਵੇਖਿਆ ਔਰ ਬਲਵਿੰਦਰ ਸਿੰਘ ਜਟਾਣਾ ਔਰ ਉਹਨਾਂ ਦੇ ਸਾਥੀਆਂ ਦੇ ਨਾਲ ਉਹਨਾਂ ਦੇ ਜੋ ਇਹ ਕੇਸ ਵਾਪਰਿਆ ਉਹ ਵੀ ਆਪਣੇ ਹੱਥਾਂ ਦੇ ਨਾਲ ਵੇਖਿਆ। ਸਾਡੇ ਨਾਲ ਗੁਰਮੀਤ ਸਿੰਘ ਪਿੰਕੀ ਹੋਣੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਪਿੰਕੀ ਜੀ, ਸਵਾਗਤ ਹੈ ਪ੍ਰੋ ਪੰਜਾਬ। ਸਤਿ ਸ਼੍ਰੀ ਅਕਾਲ ਜੀ। ਅੱਜ ਨਵੀਂ ਚਰਚਾ ਛਿੜ ਗਈ ਹੈ ਇੱਕ, ਕਿ ਬਲਵਿੰਦਰ ਸਿੰਘ ਜਟਾਣਾ ਕੌਣ ਹੈ? ਤੁਹਾਡੇ ਤਾਂ ਹੱਥਾਂ ਦੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਕੇਸ ਨਿਕਲੇ ਹੋਣਗੇ, ਬਲਵਿੰਦਰ ਸਿੰਘ ਜਟਾਣਾ ਬਾਰੇ ਕਿੰਨਾ ਕੁ ਤੁਸੀਂ ਜਾਣਦੇ ਹੋ ਔਰ ਕਦੋਂ ਤੁਹਾਨੂੰ ਪਹਿਲੀ ਵਾਰ ਪਤਾ ਚੱਲਿਆ ਸੀ ਕਿ ਬਲਵਿੰਦਰ ਸਿੰਘ ਜਟਾਣਾ ਵੀ ਖਾੜਕੂ ਲਹਿਰ ਦੇ ਨਾਲ ਜੁੜ ਗਏ ਨੇ, ਉਹਨਾਂ ਦੇ ਵੱਲੋਂ ਵੀ ਉਸ ਖਾੜਕੂ ਲਹਿਰ ਦੇ ਵਿੱਚ ਜੋੜ ਕੇ ਕੰਮ ਕੀਤਾ ਜਾ ਰਿਹਾ? ਚਮਕੌਰ ਸਾਹਿਬ ਦੇ ਕੋਲ ਇਹ ਪਿੰਡ ਹੈ ਜਟਾਣਾ, ਇਹ 90 ਦੀ ਗੱਲ ਹੈ। ਇਹ
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਐਫੀਲੇਟਡ ਹੋ ਗਿਆ ਸੀ। ਦੂਸਰਾ ਝੱਲੀਆਂ ਪਿੰਡ ਆ ਜਿੱਥੇ ਰੋਪੜ ਜੇਲ੍ਹ ਤੋਂ ਅੱਗੇ ਜਾ ਕੇ ਟੱਪੜੀਆਂ ਤੋਂ ਚਰਨਜੀਤ ਸਿੰਘ ਚੰਨਾ ਝੱਲੀਆਂ, ਇਹ ਦੋਨੋਂ ਕਾਫੀ ਕਲੋਜ਼ ਦੋਸਤ ਸੀ, ਦੋਨੋਂ ਬੱਬਰ ਖਾਲਸਾ ਲਈ ਇਹ ਕੰਮ ਕਰਦੇ ਸੀ। ਤੀਜਾ ਇਹਨਾਂ ਦਾ ਇੱਕ ਸਾਥੀ ਸੀਗਾ ਦਲਜੀਤ ਪਥਰੇੜੀ, ਉਹ ਵੀ ਚੰਨੇ ਦੇ ਪਿੰਡ ਤੋਂ ਨੇੜੇ ਹੀ ਸੀ। ਇਹ ਬੱਬਰ ਖਾਲਸਾ ਇੰਟਰਨੈਸ਼ਨਲ ਕੰਮ ਕਰਦੇ ਸੀ। ਕੁਛ ਦੇਰ ਪਹਿਲਾਂ 90 'ਚ ਮਰਿਆ ਬਲਵਿੰਦਰ ਜਟਾਣਾ, ਜਿਹੜਾ ਦਲਜੀਤ ਪਥਰੇੜੀ ਹੈ ਉਹਨੂੰ ਇਹਨਾਂ ਨੇ ਮਾਰਤਾ ਸੀ। ਕੋਈ ਪੈਸਿਆਂ ਪੂਸਿਆਂ ਦਾ ਡਿਸਪਿਊਟ ਹੋ ਗਿਆ, ਡਿਸਪਿਊਟ ਹੋਣ ਨਾਲ ਉਹਨੂੰ ਮਾਰਤਾ। ਉਸ ਤੋਂ ਬਾਅਦ SSP ਸੁਮੇਰ ਸਿੰਘ ਸੈਣੀਵਾਲ, SSP ਚੰਡੀਗੜ੍ਹ, ਅਤੇ ਉਹਨਾਂ ਨੇ ਮੈਨੂੰ ਬੁਲਾਇਆ ਸਵੇਰੇ 11 ਵਜੇ ਘਰ। ਮੈਨੂੰ ਕਹਿੰਦੇ ਵੀ ਟੈਲੀਫੋਨ ਆਇਆ ਇੱਕ, ਇੱਦਾਂ ਇੱਦਾਂ ਵੀ 7-8 ਦਿਨ ਦੇ ਅੰਦਰ ਜੋ ਖਾਣਾ ਪੀਣਾ ਖਾ ਪੀ ਲੈ, ਤੈਨੂੰ ਅਸੀਂ ਮਾਰ ਦੇਣਾ। ਇੱਕ ਕਾਫੀ ਜਿਹੜਾ ਅਕਾਲੀ ਸੀਨੀਅਰ ਲੀਡਰ ਸੀ ਉਹ ਸੈਣੀ ਸਾਹਿਬ ਕੋਈ ਜਾਂਦਾ ਹੁੰਦਾ ਸੀ, ਉਹ ਸੁਖਦੇਵ ਬਾਬਾ ਨੂੰ ਵੀ ਮਿਲਦਾ ਸੀ। ਇਹਨੇ ਇਸ ਗੱਲ ਦੀ ਜਾ ਕੇ ਜਿਹੜੀ ਗੱਲ ਕਲੀਅਰ ਕਰਤੀ ਵੀ ਵਾਕਈ ਸੁਖਦੇਵ ਬਾਬਰ ਇੱਥੇ ਫਿਰਦਾ, ਉਹ ਤੁਹਾਡੇ 'ਤੇ ਅਟੈਕ ਕਰਨਗੇ। ਉਹ ਮੈਨੂੰ ਲੱਗੇ ਕਹਿਣ ਵੀ ਮੇਰੇ ਘਰ 'ਚ 16 ਦੇ ਬਾਹਰ ਤੁਸੀਂ ਗੇੜੇ 'ਤੇ ਗੇੜਾ ਰੱਖਣਾ, ਹਰੇ ਰੰਗ ਦੀ ਪੀਜ਼ੋ ਜੀਪ ਹੈ, ਉਹਨੇ ਕਾਰਸੇ ਵਾਲਾ ਚੋਲਾ ਪਾਇਆ ਸੁਖਦੇਵ ਬੱਬਰ ਨੇ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਚਲੋ ਹੋਈ ਗੱਲ। 4-5 ਦਿਨ ਇਹ ਕਾਫੀ ਘਰ 'ਚੋਂ ਬਾਹਰ ਨਹੀਂ ਨਿਕਲੇ। ਜਿਸ ਦਿਨ ਇਹ ਨਿਕਲੇ ਤਾਂ ਇਹ 17 ਦੁਪਹਿਰੇ ਲੰਚ ਲਈ ਆ ਰਹੇ ਸੀ। ਬੈਂਕ ਸਕੇਅਰ ਦੇ ਕੋਲ ਇੱਕ ਗੱਡੀ ਨਾਲ ਦੂਜੀ ਖੜਾ ਕੇ ਉਹਦੇ 'ਚ ਬੰਬ ਲਾ ਕੇ ਬੰਬ ਲਾ ਤਾ। ਬੰਬ ਲਾਉਣ ਨਾਲ ਖੈਰ ਸੈਣੀ ਸਾਹਿਬ ਦਾ ਗਏ ਬਾਅਦ 'ਚ, 2-3 ਬੰਦੇ ਜਿਹੜੇ ਸੀ ਉਹਨਾਂ ਦੀ ਮੌਤ ਹੋ ਗਈ। ਮੈਂ PGI ਗਿਆ ਸੀ ਮਿੰਡ, ਜਦੋਂ ਮੈਂ ਗਿਆ ਤਾਂ ਚੰਡੀਗੜ੍ਹ ਪੁਲਿਸ ਦਾ ਪਹਿਰਾ ਪੂਰਾ ਲੱਗਿਆ ਸੀ। ਸੁਭਾਸ਼ ਬਰੋਲ DSP ਖੜ੍ਹੇ ਸੀ, ਉਹ ਤਾਂ ਨਹੀਂ ਜਾਣ ਦੇ ਰਹੇ। ਸੈਣੀ ਸਾਹਿਬ ਨੇ ਮੈਂ ਦੂਰੋਂ ਦੇਖ ਲਿਆ ਅਬਰੋਲ ਆਉਣ ਦੇ, ਇਹਨੂੰ ਮੈਂ ਜਾ ਕੇ ਜੱਫੀ ਜੁੱਫੀ ਪਾ ਕੇ ਮਿਲੇ। ਰਮੇਸ਼ ਜਿਹੜਾ ਕਾਫੀ ਦੇਰ ਤਰ੍ਹਾਂ ਦੇ ਨਾਲ ਜੁੜਿਆ ਬਟਾਲੇ ਤੋਂ, ਉਹਦੀ ਇੱਕ ਰਾਈਟ ਲੱਤ, ਇੱਕ ਬਾਂਹ, ਇੱਕ ਅੱਖ, ਸਾਰਾ ਕੁਛ ਉਹਦੇ 'ਚ ਉੱਡ ਗਿਆ ਸੀ। ਇਹ ਰੋਣ ਲੱਗ ਪਿਆ, ਕਹਿੰਦੇ ਯਾਰ ਰਮੇਸ਼ ਦਾ ਕੁਛ ਨਹੀਂ ਬਚਿਆ। ਅਸੀਂ ਗੱਲਾਂ ਕਰ ਰਹੇ ਆਪਸ 'ਚ, ਸੈਂਟੀਮੈਂਟਲ ਹੋਏ ਸੀ, ਜਦ ਨੂੰ ਉੱਥੇ ਪੁੱਲਾ ਆ ਗਿਆ। ਉਹ ਪੂਲੇ ਦਾ ਸੁਭਾਅ ਗਰਮ ਸੀ, ਉਹ ਕਹਿੰਦਾ ਜੀ ਕੋਈ ਨਹੀਂ ਮੈਂ ਦੇਖ ਲੈਂਦਾ ਕਿਹੜਾ ਜਟਾਣਾ ਜਟੂਣਾ। ਅਸੀਂ ਤਾਂ ਉੱਥੋਂ ਵਾਪਸ ਚਲੇ ਗਏ ਲੁਧਿਆਣੇ ਨੂੰ। ਇਹ ਉੱਥੇ ਪਹੁੰਚ ਗਿਆ ਉਹਦੇ ਜਟਾਣੇ ਪਿੰਡ, ਉੱਥੇ ਇਹਨਾਂ ਨੇ ਗੋਲੀਆਂ ਗੋਲੀਆਂ ਮਾਰ ਕੇ ਘਰ ਨੂੰ ਅੱਗ ਲਾ ਕੇ ਉਹ ਬੰਦੇ ਦਿੱਤੇ ਫੂਕ। ਚਰਚਾ ਹੋਈ ਸੀ ਕਿ ਸੁਮੇਰ ਸਿੰਘ ਸੈਣੀ ਨੇ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਸੀ ਔਰ ਇਹ ਕਿਹਾ ਸੀ ਕਿ ਆਪਾਂ ਬਦਲਾ ਲੈਣਾ ਹੈ ਜੋ ਹੋਇਆ। ਬਿਲਕੁਲ ਹੋਈ ਸੀ ਉਦੋਂ, ਪਤਾ ਕਿ ਮੈਂ ਸਰਸਰੀ ਆਇਆ ਸੀ ਲੁਧਿਆਣੇ, ਉਹ ਘਰ ਮੇਰਾ ਘਰ ਇੱਥੇ ਹੈ। ਮੇਰੇ ਨਾਲ ਸਿਰਫ 2 ਬੰਦੇ ਸੀ ਸਿੰਪਲ, ਇੱਕ ਸਾਡੇ ਕੋਲ ਪਿਸਤੌਲ ਸੀ, ਵੈਪਨ ਸਾਡੇ ਕੋਲ ਕੋਈ ਹੈ ਨਹੀਂ ਸੀ। ਫਿਰ ਮੈਂ ਇਹ ਗੱਲ ਕਹੀ ਸੀ, ਮੈਂ ਕਿਹਾ ਜੀ ਕੋਈ ਨਹੀਂ ਮੈਂ ਜਾਣਾ, ਮੈਂ ਉੱਥੋਂ ਵੈਪਨ ਲੈ ਗਿਆ, SLR AR ਸਾਰੇ ਵੈਪਨ ਉੱਪਰ ਲੈ ਕੇ ਉੱਥੋਂ ਆਇਆ। ਮੇਰੇ ਆਉਣ ਤੱਕ ਜਦੋਂ ਪਤਾ ਲੱਗਿਆ ਕਿ ਪੂਲੇ ਨੇ ਕੰਮ ਕਰਤਾ, ਉਹ ਕਰਨ ਤੋਂ ਬਾਅਦ ਇਹਦਾ ਜੋ ਕੁਛ ਵੀ ਹੋਇਆ ਹੋਇਆ, ਇਹ ਚੰਨਾ ਭਗੌੜੇ ਸੀਗੇ ਜੀ ਦੋਨੇ, ਉਸ ਓਪਰੇਸ਼ਨ ਦੇ ਵਿੱਚ ਇਹਦੇ ਘਰ ਜਿਹੜਾ ਪਿੰਡ ਹੋਇਆ ਇਹ ਬਚ ਗਏ। ਇਹ ਕੁਛ ਦੇਰ ਦੇ ਬਾਅਦ ਜਿਹੜੀ ਸਰਹੰਦ ਤੋਂ ਪਟਿਆਲੇ ਨੂੰ ਸੜਕ ਜਾਂਦੀ ਆ ਆਦਮਪੁਰ ਵਾਲੀ, ਉਹਦੇ ਉੱਤੇ ਵੈਨ ਲਾ ਕੇ ਬੈਠੇ ਸੀ। ਪੁਲਿਸ ਪਾਰਟੀ ਪਟਿਆਲੇ ਦੀ ਆ ਗਈ, CIA ਦੀ, ਉਹਨਾਂ ਨੇ ਇਹਨਾਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਆਪਣੇ ID ਬਿਜਲੀ ਬੋਰਡ ਦੇ ਕੱਢ ਕੇ ਦਿਖਾਏ, ਬਟ ਉਹ ਗੱਡੀ ਦੇ ਵਿੱਚ ਜਿਹੜਾ ਬੰਦਾ ਬੈਠਾ ਸੀ ਉਹ ਚੁੰਨੀ ਦਾ ਸੀ ਰਹਿਣ ਵਾਲਾ, ਉਹ ਕਹਿੰਦਾ ਜੀ ਮੈਂ ਚੰਗੀ ਤਰ੍ਹਾਂ ਜਾਣਦਾ ਇਹ ਦੋਨੋਂ ਉਹੀ ਨੇ। ਪੁਲਿਸ ਨੇ ਗੋਲੀਆਂ ਮਾਰਤੀਆਂ, ਇੱਥੇ ਜਟਾਣੇ ਉਹਨਾਂ ਦੀ ਮੌਤ ਹੋ ਗਈ, ਜਟਾਣੇ ਅਤੇ ਚੰਨੇ ਦੀ। ਚੰਨੇ ਦੀ ਹੋਣ ਤੋਂ ਬਾਅਦ ਇਹਦਾ ਕੰਮ ਉੱਥੇ ਖਤਮ ਹੋ ਗਿਆ। ਉਸ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ, 26 ਸੈਕਟਰ ਇੱਕ SYL ਦਾ ਦਫ਼ਤਰ ਸੀ, ਉੱਥੇ ਚੀਫ ਇੰਜੀਨੀਅਰ ਸੀ ਸੀਕਰੀ, ਇਹਨਾਂ ਨੇ ਸੀਕਰੀ ਅਤੇ ਇੱਕ ਐਕਸੀਅਨ ਸੀਗਾ, ਉਹਨਾਂ ਦੋਨਾਂ ਨੇ ਗੋਲੀਆਂ ਮਾਰਤੀਆਂ, ਉਹ ਮਰ ਗਏ। ਉੱਧਰੋਂ ਚੀਫ ਮਿਨਿਸਟਰ ਭਜਨ ਲਾਲ ਦੇ 2 ਪ੍ਰਾਈਵੇਟ ਸੈਕਟਰੀ ਜਿਹੜੇ
ਉਹ ਮਾਰਤੇ, ਹਿਤਬ ਲਾਸ਼ੀ ਮਾਰਤਾ। ਉਹ ਜਦੋਂ ਕਿਲਿੰਗਸ ਹੋਣ ਲੱਗ ਗਈਆਂ ਤਾਂ ਇਹਨਾਂ ਦੀ ਹੁਸ਼ਿਆਰਪੁਰ ਤੋਂ ਟ੍ਰਾਂਸਫਰ ਜਿਹੜੀ ਸੀ ਉਹ ਚੰਡੀਗੜ੍ਹ ਕਰਤੀ। ਚੰਡੀਗੜ੍ਹ ਅਸੀਂ ਵੀ ਆ ਗਏ। ਸਭ ਤੋਂ ਵੱਡਾ ਨੈਕਸਿਸ ਜਿਹੜਾ ਸੀ, ਹੀ ਵਾਜ਼ ਪ੍ਰੋਫੈਸਰ ਬਲਾਰਾ, ਉਹਨੂੰ ਅਸੀਂ 15 ਚੋਂ ਚੱਕਿਆ ਸੀ, ਚੱਕ ਕੇ ਚੰਡੀਗੜ੍ਹ ਲੈ ਗਏ ਸੀ। ਚੰਡੀਗੜ੍ਹ ਤੋਂ ਉਹਨੂੰ ਜਾ ਕੇ ਲੁਧਿਆਣੇ, ਉਹ ਇੱਕ ਮਿੰਟੂ ਸੀ SYL ਦਾ, YPS ਦਾ, ਇੱਕ ਹੈਪੀ ਸੀ ਮੁੱਲਾਪੁਰ ਗਰੀਬਦਾਸ ਦਾ। ਇਹ ਤਿੰਨਾਂ ਜਣਿਆਂ ਦਾ ਇਨਕਾਊਂਟਰ ਉੱਥੇ ਲੁਧਿਆਣੇ ਹੋ ਗਿਆ। ਬਲਵਿੰਦਰ ਜਟਾਣੇ ਦੀ ਵੀ ਮੌਤ ਹੋ ਗਈ। ਇਹਨਾਂ ਨੇ ਫਿਰ ਇੱਕ ਵਾਰੀ ਪਹਾੜਾ ਨਹਿਰ ਤੋੜੀ, ਜਿਹਦੇ ਵਿੱਚ ਚਰਚਾ ਦੇ ਵਿੱਚ SYL ਕਰਕੇ ਆਏ ਸੀਗੇ ਜਾਂ ਫਿਰ ਜੋ ਲਹਿਰ ਦੇ ਨਾਲ ਜੁੜੇ ਹੋਏ ਸੀਗੇ। ਕੋਈ SYL ਕਰਕੇ ਨਹੀਂ ਸੀ ਵਿੱਚ ਆਏ। SYL ਤਾਂ ਸਾਰਿਆਂ ਤੋਂ ਵੱਡੀ ਜਿਹੜੀ ਪ੍ਰੋਬਲਮ ਸੀ, ਗੱਲਾਂ ਦੋ ਸੀ। ਇੱਕ ਹਾਈ ਪਾਵਰ ਬਿਜਲੀ ਦੀ ਨਾ ਤਾਰ ਜਾਂਦੀ ਹੈ ਇੱਧਰੋਂ ਦਿੱਲੀ ਤੱਕ, ਉਹਦੇ ਥੱਲੇ ਸ਼ਾਇਦ ਜੇ ਤੁਹਾਨੂੰ ਯਾਦ ਹੋਵੇ ਤਾਂ ਬਿਜਲੀ ਤਾਰ ਦੇ ਥੱਲੇ PAP ਦੇ ਪੱਕੀਆਂ ਚੌਂਕੀਆਂ ਬਣਾਤੀਆਂ ਸੀ, ਅਤੇ ਉਹਦੀ ਪ੍ਰੋਟੈਕਸ਼ਨ ਲਈ ਪੁਲਿਸ ਉੱਥੇ ਬੈਠਦੀ ਸੀ। ਰਾਤ ਨੂੰ ਗਸ਼ਤ ਵੀ 2-2-3-3 ਕਿਲੋਮੀਟਰ ਦੀ ਕਰਦੇ ਸੀ। ਇਹ ਕਹਿੰਦੇ ਵੀ ਨਾ ਤਾਂ ਅਸੀਂ ਦਿੱਲੀ ਬਿਜਲੀ ਜਾਣ ਦੇਣੀ ਹੈ, ਨਾ ਅਸੀਂ ਪਾਣੀ ਜਾਣ ਦੇਣਾ। ਬਟ ਅੱਤਵਾਦ ਤਾਂ ਉਸ ਤੋਂ ਪਹਿਲਾਂ ਹੀ ਸੀਗੇ, ਕੋਈ SYL ਕਰਕੇ ਅੱਤਵਾਦ 'ਚ ਨਹੀਂ ਸੀ ਆਏ। ਉਹ ਜਦੋਂ ਸੀਕਰੀ ਮਰ ਗਿਆ ਸਾਰਾ ਕੁਛ, ਹੁਣ ਇਹਨਾਂ ਦੀ ਮੌਤ ਤੋਂ ਬਾਅਦ ਉਹ ਭਾਖੜਾ ਭੂਖੜਾ ਜਿਹੜੀ ਪਹਿਲਾਂ ਚਰਜੀਤ ਚੰਨਾ ਨੇ ਤੋੜਤੀ ਸੀ, ਉਹ ਗਿੱਲ ਸਾਹਿਬ ਸੀਗੇ ਚੀਫ ਜੀ ਨੇ ਉੱਥੇ CRP ਦੇ ਪਹਿਲਾਂ ਲਾ ਕੇ ਭਾਖੜਾ ਦੁਆਲਾ ਰੀਕੰਸਟਰਕਟ ਕੀਤੀ ਸੀਗੀ। ਬਸ ਇੰਨੀ ਕੁ ਇਹਦੀ ਕਹਾਣੀ ਜਿੰਨੀ ਕੁ ਮੈਨੂੰ ਪਤਾ। ਆਹ ਲੇਟੈਸਟ ਹੁਣ ਅੱਜ ਕੱਲ੍ਹ ਕੀ ਹੋਇਆ ਇਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ। ਭਾਖੜਾ 'ਚ ਵੀ ਟੱਕ ਲਾਇਆ ਗਿਆ ਸੀ ਇਹਨਾਂ ਦੇ ਵੱਲੋਂ, ਉਹਦੇ ਵਿੱਚ ਵੀ ਪਾਣੀ ਜਿਹੜਾ ਹੈ ਉੱਥੋਂ ਕਾਫੀ ਘੱਟਦਾ ਸੀਗਾ। ਉਹ ਕਿਸਦੇ ਵੱਲੋਂ ਕੱਢਿਆ ਗਿਆ ਸੀ? ਉਹ ਚਰਨਜੀਤ ਚੰਨਾ ਜੀ ਨੇ ਜਿਹੜਾ ਕਈ ਲੈ ਗਏ, ਕਈ ਨਾਲ ਉਹਨੇ ਵੱਟ ਗਏ। ਉਹ ਪਾਣੀ ਦਾ ਜਿਉਂ ਜਿਉਂ ਹਾਵ ਵਧਿਆ ਅਤੇ ਉਦੋਂ ਪਾੜ ਪਈ ਗਿਆ। ਉਹ 250 ਫੁੱਟ ਦੇ ਕਰੀਬ ਪਟ ਗਈ ਸੀ ਨਹਿਰ, ਉਦੋਂ ਬਹੁਤ ਰੌਲਾ ਪਿਆ ਸੀ। ਫਿਰ ਉਸ ਤੋਂ ਬਾਅਦ ਵੀ ਇਹ ਤਾਂ ਨਹੀਂ ਸੀ, ਖੈਰ ਉਹਦੇ ਵਿੱਚ ਬੰਦੇ ਹੋਰ ਸੀਗੇ। ਇਹਨਾਂ ਨੇ ਗੜਾਂਗਾ ਪਿੰਡ ਪੰਜਾਬ ਦੇ ਕੋਲ, ਉੱਥੇ 60 ਲੇਬਰ ਦੇ ਭਈਏ ਇਕੱਠੇ ਮਾਰਤੇ ਸੀ। ਕਹਿੰਦੇ ਵੀ ਅਸੀਂ SYL ਨਹਿਰ ਬਣ ਨਹੀਂ ਦੇਣੀ। ਉਹ ਬੰਦੇ ਸੀ ਹਰਿਆਣੇ ਦੇ, ਫੜ ਲਏ ਸੀ ਮੈਂ, ਅਤੇ ਉਹ ਬੋਲਦੇ ਸੀ ਬੋਲੀ ਹੋਰ ਵੀ ਹਨਾਰ ਨਹੀਂ ਜੇ ਬਣਨ ਦੇਣੀ। ਅਤੇ ਉਹ ਇਨਕਾਊਂਟਰ ਉੱਥੇ ਲੁਧਿਆਣੇ ਹੋ ਗਏ ਸੀ। ਉਹਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ ਸੀ, ਇਹਨਾਂ ਦਾ ਜਿੰਨਾ ਕੁ ਸੀਗਾ ਐਕਸ਼ਨ ਬਸ ਉਹੀ ਸੀਗਾ। ਕੋਈ ਪਰਟੀਕੁਲਰ ਜੇ ਆਪਾਂ ਕਹੀਏ ਵੀ SYL ਕਰਕੇ ਅੱਤਵਾਦੀ ਬਣੇ, ਉਹ ਕੋਈ ਗੱਲ ਨਹੀਂ। ਜਦੋਂ ਫੁੱਲਾ ਉਹਨਾਂ ਦੇ ਵੱਲੋਂ ਜਟਾਣਾ ਉਹਨਾਂ ਦੇ ਪੂਰੇ ਪਰਿਵਾਰ ਨੂੰ ਇਸ ਤਰੀਕੇ ਨਾਲ ਮਾਰ ਦਿੱਤਾ ਜਾਂਦਾ ਹੈ, ਘਰੇ ਸਹੁਰੇ ਹੁੰਦੇ ਨੇ, ਗੋਲੀਆਂ ਪਹਿਲਾਂ ਮਾਰੀਆਂ ਜਾਂਦੀਆਂ ਨੇ ਫਿਰ ਅੱਗ ਲਗਾ ਦਿੱਤੀ ਜਾਂਦੀ ਹੈ, ਤਾਂ ਉਦੋਂ SSP ਰੋਪੜ ਮੁਹੰਮਦ ਮੁਸਤਫਾ ਸੀਗੇ, ਤਾਂ ਉਹਨਾਂ ਨੇ ਕੀ ਇਹ ਸ਼ਿਕਾਇਤ ਉਦੋਂ DGP DS ਮਾਂਗੜ ਨੂੰ ਵੀ ਕੀਤੀ ਸੀ ਕਿ ਇਹ ਸਾਰਾ ਸੈਣੀ ਕਰਕੇ ਹੋਇਆ? ਬਿਲਕੁਲ, ਮਾਂਗੜ ਨੂੰ ਸ਼ਿਕਾਇਤ ਵੀ ਕੀਤੀ ਸੀ। ਮੇਰੇ ਕੋਲ ਸਰਕਾਰੀ ਘਰ ਸੀ ਪੁਲਿਸ ਲਾਈਨ ਲੁਧਿਆਣੇ, ਸਭ ਤੋਂ ਪਹਿਲਾਂ ਮੇਰਾ ਨਾਮ ਲੱਗਿਆ ਵੀ ਪਿੰਕੀ ਕਰ ਗਿਆ। ਇਹਨੇ ਫਿਰ ਮੈਨੂੰ ਉੱਥੋਂ ਬੁਲਾ ਕੇ ਨਾ 26 'ਚ ਓਪਰੇਸ਼ਨ ਸੈੱਲ ਹੈ, ਅਤੇ ਤਕਰੀਬਨ 1.5 ਮਹੀਨਾ ਉੱਥੇ ਪ੍ਰੋਟੈਕਸ਼ਨ 'ਚ ਬਿਠਾਈ ਰੱਖਿਆ ਵੀ ਕੋਈ ਆ ਜਾਵੇ ਇਹਨੂੰ ਜਾਣ ਨਹੀਂ ਦੇਣਾ। ਪੂਲੇ ਨੂੰ ਫੜ ਕੇ ਅਰੋੜਾ ਸਾਹਿਬ ਸੀਗੇ ਜਲੰਧਰ, ਸਦਰ ਜਲੰਧਰ ਬਿਠਾਇਆ। ਉਹ ਮੈਨੂੰ ਯਾਦ ਆ ਮਾਂਗੜ ਸਾਹਿਬ ਕੋਈ ਮਹੀਨਾ ਕੁ ਅਸੀਂ ਬੈਠੇ ਰਹੇ, ਮਹੀਨੇ ਬਾਅਦ ਬਦਲੀ ਹੋਈ ਤਾਂ ਫਿਰ KPS ਗਿੱਲ ਦੁਆਰਾ DG ਲੱਗੇ। KPS ਗਿੱਲ ਨੇ ਇਹਨਾਂ ਨੂੰ ਬੁਲਾ ਕੇ ਮੁਸਤਫਾ ਸਾਹਿਬ ਨੂੰ, ਅਤੇ ਇਹਨਾਂ ਦੀ ਕੋਈ ਪੈਚਅਪ ਵੀ ਕਰਾਇਆ ਆਪਸ 'ਚ, ਬਟ ਉਹ ਸਿਰੇ ਚੜ੍ਹਿਆ ਸੀ। ਉਹ ਜ਼ਰੂਰ ਹੋਈ ਸੀ, ਬਾਅਦ ਦੇ ਵਿੱਚ ਗੱਲ ਲੰਘੀ ਹੋ ਗਈ ਵੀ ਇਹ ਪੂਲੇ ਨੇ ਮਾਰੇ ਨੇ, ਪਰ ਉਹ ਪੂਲਾ ਸ਼ਰਮ ਕਹਿੰਦਾ ਵੀ ਜ਼ਿੰਮੇਵਾਰੀ ਵੀ ਲੈਂਦਾ ਸੀ, ਇਸ ਗੱਲ 'ਚ ਕੋਈ ਉਹ ਨਹੀਂ ਸੀ। ਪੂਲੇ ਦੇ ਵੱਲੋਂ ਕਿਉਂ ਇਸ ਤਰੀਕੇ ਦਾ ਮਦਦ ਸੈਣੀ ਉਹਨਾਂ ਦੀ ਕੀਤੀ ਗਈ, ਕਿਉਂ ਆਪ ਜਾ ਕੇ ਹੀ ਉਹਨਾਂ ਨੇ ਇਨੀਸ਼ੀਏਟਿਵ ਲੈ ਲਿਆ? ਕੋਈ ਉਹਨਾਂ ਦਾ ਆਪਸ ਦੇ ਵਿੱਚ ਜਟਾਣਾ ਉਹਨਾਂ ਦੇ ਨਾਲ ਜਾਂ ਚੰਨੇ ਉਹਨਾਂ ਦੇ ਨਾਲ ਕੋਈ ਲਾਗਡਾਕਟ ਸੀਗੀ ਉਹਨਾਂ ਦੀ? ਦੇਖੋ, ਉਹਦੀ ਕੋਈ ਚੰਨੇ ਜਾਂ ਜਟਾਣੇ ਨਾਲ ਲਾਗਡਾਕਟ ਨਹੀਂ ਸੀ, ਉਹ ਭਰਾ ਬਣਿਆ ਸੀ ਸੈਣੀ ਸਾਹਿਬ ਦਾ। ਮੈਂ ਥੋੜ੍ਹੀ ਦੇਰ ਜਦੋਂ ਕਤਲ ਕੇਸ 'ਚ ਲੁਧਿਆਣੇ ਰਿਹਾ ਨਾ, ਮੈਂ ਜਦੋਂ ਲੁਧਿਆਣੇ ਗਿਆ ਮੇਰੇ ਜਾਣ ਤੋਂ ਪਹਿਲਾਂ ਪੂਲਾ ਉੱਥੇ ਜੇਲ੍ਹ 'ਚ ਸੀ, ਅਤੇ ਮੈਂ ਰਾਤ ਨੂੰ ਜਮੁਨਾ ਨਗਰ ਤੋਂ 9 ਵਜੇ ਪਹੁੰਚਿਆ ਜੇਲ੍ਹ 'ਚ, ਅਤੇ ਮੈਨੂੰ ਇਹ ਮਿਲਿਆ ਉੱਥੇ ਡਿਉੜੀ 'ਚ, ਆਓ ਜਿਗਰ ਕਾ ਟੁਕੜਾ ਆ ਗਿਆ। ਭਾਅ ਯਾਰ ਕੋਈ ਗੱਲ ਨਹੀਂ, ਆ ਗਏ ਤਾਂ ਆ ਗਈ। ਖੈਰ ਅਸੀਂ ਚਲੇ ਗਏ ਇਕੱਠੇ ਜਿੱਥੇ ਇਹਦੀ ਬੈਰਕ ਸੀ, ਇਹ ਉੱਥੇ ਹੀ ਮੈਨੂੰ ਲੈ ਗਿਆ।
फिर असीं तां 2-3 महीने इकट्ठे भी रहे। इकट्ठे रहने नाल सिर्फ इहदा प्यार ही उहदा सैनी साहब नाल इन्ना कु सीगा कि कोई ये जी लालच वाली गल, कोई पैसे वाली गल या उन्हां नाल उहदे छुड़िया जाणदा भी नहीं सी जनाने उन्हां नूं। ਉਹ ਸਿਰਫ ਰਮੇਸ਼ ਦੀ ਜਿਹੜੀ ਸੱਟ ਸੁੱਟ ਵੱਜੀ ਜਾਂ ਇਸ ਹੀ ਮਰਿਆ ਉਹ ਪਟਿਆਲਾ, ਉਸ ਗੱਲ ਤੋਂ ਬਹੁਤ ਗੁੱਸੇ ਸੀ। ਉਸੇ ਗੱਲ ਤੋਂ ਫਿਰ ਜਿਹੜਾ ਮੁਲਤਾਨੀ ਸੀ ਉਹ ਇੰਟਰੋਗੇਟ ਹੋਇਆ ਅਤੇ ਐਕਚੁਅਲੀ ਕਹਿੰਦੇ ਇਹ ਰਹੇ ਵੀ ਅਸੀਂ ਬੰਬ ਲਾਵਾਂਗੇ ਲਾਵਾਂਗੇ, ਲਾ ਗਿਆ ਭੁੱਲਰ। ਟਾਈਮ ਇੱਕੋ ਸੀ, ਉਹਨਾਂ ਦੇ ਦਿਮਾਗ 'ਚ ਇਹ ਸੀ ਮੈਨੂੰ ਇਹਨਾਂ ਨੇ ਚੈਲੰਜ ਕੀਤਾ ਅਤੇ ਉਹ ਬਾਅਦ 'ਚ ਕਹਾਣੀ ਜਿਹੜੀ ਪਤਾ ਲੱਗੀ ਉਹ ਭੁੱਲਰ ਲਾ ਗਿਆ। ਭੁੱਲਰ ਦੇ ਲਾਣ ਨਾਲ ਨੁਕਸਾਨ ਇਹਨਾਂ ਦਾ ਹੋ ਗਿਆ। ਔਰ ਜਟਾਣਾ ਔਰ ਖਾਸ ਤੌਰ ਦੇ ਉੱਤੇ ਚੰਨੇ ਦਾ ਜਦੋਂ ਇਨਕਾਊਂਟਰ ਹੁੰਦਾ ਤਾਂ ਇਸਦਾ ਬਦਲਾ ਹਵਾਰਾ ਉਹਨਾਂ ਦੇ ਵੱਲੋਂ ਲਿੱਤਾ ਜਾਂਦਾ। ਉਹ ਜਿਹੜਾ ਬੰਦਾ ਸੀ ਨਾ ਡਾਕਟਰ ਚੂਨੀ ਵਾਲਾ, ਉਹ ਜਦੋਂ ਜੇਲ੍ਹ ਤੋੜ ਕੇ ਭੱਜਿਆ ਜਨਵਰੀ 'ਚ, ਉਹਨੇ ਪਹਿਲਾਂ ਜਾ ਕੇ ਉਹੀ ਮਾਰਿਆ ਡਾਕਟਰੀ। ਉਦੋਂ ਮੈਂ ਸੀ ਇੰਸਪੈਕਟਰ ਸਰਹੰਦ ਸੀਗਾ, ਮੈਂ ਮੌਕੇ 'ਤੇ ਗਿਆ ਸੀ। ਮਾਰਨ ਦਾ ਕੀ ਕਾਰਨ ਸੀ? ਉਹਨੇ ਮਰਾਏ ਸੀ ਇਹ ਚੰਨਾ ਅਤੇ ਜਟਾਣਾ, ਇਸ ਕਰਕੇ ਇਹਨਾਂ ਨੇ ਉਹਨੂੰ ਮਾਰਿਆ। ਸੂਹ ਇਹਨਾਂ ਨੇ ਦਿੱਤੀ ਸੀਗੀ, ਡਾਕਟਰ ਨੇ ਸੂਹ ਦਿੱਤੀ ਸੀ। ਹਾਂਜੀ, ਫਿਰ ਇਹਨਾਂ ਨੇ ਹਵਾਰੇ ਉਹਨਾਂ ਨੇ ਉਹ ਮਾਰਤਾ। ਆਹ ਕਹਾਣੀ ਸੀ ਜਟਾਣੇ ਦਾ ਕੋਈ ਐਡਾ ਮੈਂ ਦੇਖਾਂ ਐਕਟਿਵ ਰੋਲ ਆ ਮੇਰੇ ਦਿਮਾਗ 'ਚ, ਦੇਖੋ 1 ਸਾਲ ਅਸੀਂ ਇਹਦੇ ਮਗਰ ਵੀ ਅੱਗੜ ਪਿੱਛੜ ਫਿਰਦੇ ਰਹੇ ਹਾਂ, ਕੋਈ ਐਡੀ ਵੱਡੀ ਗੱਲ ਕਰਨ ਦੇ ਲਈ ਕੋਸ਼ਿਸ਼ ਕਰਦੇ ਸੀ ਇਹਨਾਂ ਨੂੰ? ਫਿਰਦਾ ਰਿਹਾ ਜੀ, ਬਹੁਤ ਜ਼ਿਆਦਾ ਫਿਰਦਾ ਰਿਹਾ। ਰੋਪੜ ਵੀ ਕਈ ਵਾਰੀ ਸਾਡਾ ਪਿੰਡ ਪਿੰਡ 2-2-3-3 ਮਿੰਟ ਦਾ ਫਰਕ ਪੈਂਦਾ ਰਿਹਾ, ਬਟ ਇਹ ਹੱਥ ਪਟਿਆਲੇ ਵਾਲਾ ਦੇ ਆ ਗਿਆ, ਉੱਥੇ ਇਨਕਾਊਂਟਰ ਹੋ ਗਏ। ਹੋਰ ਕਿਹੜੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤੁਹਾਡੇ ਉਸ ਟਾਈਮ ਦੇ ਦੌਰਾਨ, ਔਰ ਜਦੋਂ ਤੁਸੀਂ ਇਨਕਾਊਂਟਰ ਕਰਨ ਦੇ ਲਈ ਜਾਂ ਤੁਸੀਂ ਰਾਊਂਡ ਅਪ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਤਾਂ ਕਿਵੇਂ ਨੈਰੋ ਸਕੇਪ ਹੋਈ? ਬੱਬਰ ਖਾਲਸਾ ਦੇ ਜਿੰਨੇ ਵੀ ਐਕਸ਼ਨ ਹੋਏ, ਇੱਕ ਤੁਹਾਨੂੰ ਸ਼ਾਇਦ ਯਾਦ ਹੋਏਗਾ 22 ਸੈਕਟਰ 'ਚ ਨਾ ਹੈਲਥ ਸੈਂਟਰ ਦੇ ਕੋਲ ਇੱਕ ਲੇਡੀ ਜਾ ਰਹੀ ਸੀ ਮੋਪਿਡ 'ਤੇ, ਉਹ ਮੋਪਿਡ 'ਚ ਕੁਛ ਹੋਰ ਵਹੀਕਲ ਵੱਜਿਆ, ਉਹਦੇ ਵਿੱਚ ਬੰਬ ਰੱਖਿਆ ਹੋਇਆ ਸੀ ਇਹਨਾਂ ਨੇ, ਉਹ ਬੰਬ ਚੱਲ ਗਿਆ ਅਤੇ ਉਹ ਜਨਾਨੀ 20 ਫੁੱਟ ਉੱਤੇ ਜਾ ਕੇ ਡਿੱਗੀ। ਉਹ ਸਾਰੇ ਕਾਰਵਾਈਆਂ ਜਿੰਨੀਆਂ ਇਹਨਾਂ ਦੀਆਂ, ਜਿਹੜੇ ਭਜਨ ਲਾਲ ਦੇ ਉਹ ਮਾਰੇ, ਸੀਕਰੀ ਮਾਰਿਆ, ਉਹ ਸਾਰਾ। ਚੰਡੀਗੜ੍ਹ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਆ ਗਿਆ ਸੀ ਜਦੋਂ ਇਹ ਪੂਰੀ ਵਾਰਦਾਤ ਹੋਈ 23 ਜੁਲਾਈ ਦਾ ਉਹ ਦਿਨ। ਸ਼ਰਿਆ ਮਾਰਿਆ 22-23 ਦੀਆਂ ਲੱਟਾਂ 'ਤੇ, ਅਤੇ ਉਹ ਐਕਸਾਈਜ਼ ਮਿਨਿਸਟਰ ਸੀਗਾ BJP ਦਾ। ਚੰਡੀਗੜ੍ਹ ਦੇ ਵਿੱਚ ਐਕਸ਼ਨ ਤਾਂ ਸ਼ੁਰੂ ਹੋ ਗਏ ਸੀਗੇ, ਕੋਈ ਇਹੀ ਜਿਹੀ ਗੱਲ ਨਹੀਂ। ਜਦੋਂ ਇਹ ਫਿਰ ਸੈਣੀ ਸਾਹਿਬ ਆਏ ਨੇ, ਦਿਨ ਰਾਤ ਇਹਨਾਂ ਨੇ ਐਕਸ਼ਨ ਕਰਕੇ, ਨੰਨਾ ਰਾਮ ਸੱਚੋਂ ਦਾ ਹੀ ਮਨੀ ਮਾਜਰੇ, ਨੰਨਾ ਰਾਮ 'ਤੇ ਅਟੈਕ ਹੋ ਗਿਆ। ਸਵੇਰੇ 4 ਵਜੇ ਤੱਕ ਅਸੀਂ ਥਾਣੇ ਬੈਠੇ ਰਹੇ, 4 ਵਜੇ ਪਰੌਂਠੇ ਮੰਗਾਏ BGI ਤੋਂ। ਮਿਹਨਤ ਤਾਂ ਕੀਤੀ ਉਦੋਂ, ਇਹ ਨਹੀਂ ਕੋਈ ਗੱਲ ਵੀ ਮਿਹਨਤ ਨਹੀਂ ਕੀਤੀ, ਬਟ ਚਲੋ ਹੁਣ 20 ਸਾਲ ਬਾਅਦ ਇਸ ਗੱਲ ਨੂੰ ਛੇੜਨ ਦਾ ਕੋਈ ਮੇਰੇ ਹਿਸਾਬ ਨਾਲ ਤਾਂ ਮੋਟਿਵ ਨਹੀਂ ਬਣਦਾ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵੀ ਇਸ ਦੁਨੀਆਂ ਦੇ ਉੱਤੇ ਨਹੀਂ ਰਿਹਾ, ਪਰ ਗਾਣਾ ਜੋ ਉਹਨਾਂ ਦਾ ਮੌਤ ਤੋਂ ਬਾਅਦ ਹੁਣੇ ਆਇਆ, ਉਸਨੇ ਨਵੀਂ ਚਰਚਾ ਜਿਹੜੀ ਹੈ ਉਹ ਜ਼ਰੂਰ ਛੇੜਦੀ। ਦੇਖੋ ਹੋ ਸਕਦਾ ਉਹਨੂੰ ਕਿੰਨੀ ਨੌਲੇਜ ਸੀ, ਮੈਨੂੰ ਤਾਂ ਮੈਂ ਕਦੇ ਉਸ ਬੰਦੇ ਨੂੰ ਮਿਲਿਆ ਨਹੀਂ, ਅਜੇ ਕਿ ਕਈ ਬੰਦਿਆਂ ਦਾ ਉਹਦਾ ਦੋਸਤੀ ਪ੍ਰੇਮ ਸੀਗਾ, ਮੇਰੀ ਕਦੇ ਲੱਕੀ ਦੀ ਮੁਲਾਕਾਤ ਹੀ ਨਹੀਂ ਹੋਈ। ਉਹਨੂੰ ਕੀ ਪਤਾ, ਇਕੱਲੇ ਜਟਾਣੇ ਬਾਰੇ ਪਤਾ ਸੀ, ਚੰਨੇ ਉਹਨਾਂ ਬਾਰੇ ਪਤਾ ਹੀ ਨਹੀਂ ਸੀ, ਜਾਂ ਜਿਹੜੇ ਦੂਜੇ ਬੰਦੇ ਉਹਨਾਂ ਬਾਰੇ ਪਤਾ ਹੁੰਦਾ ਤਾਂ ਸ਼ਾਇਦ ਕੋਈ ਉਹਨਾਂ ਦਾ ਜ਼ਿਕਰ ਉਹ ਕਰਦਾ ਸੀ, ਤਾਂ ਗਾਣਾ ਵੀ ਅਜੇ ਤੱਕ ਨਹੀਂ ਸੁਣਿਆ, ਬਟ ਸੁਣਾਂਗੇ ਤਾਂ ਫਿਰ ਦੇਖ ਲਾਂਗੇ ਉਹਦੇ 'ਚ ਕੀ ਹੈ। ਔਰ ਜਦੋਂ ਕਹਿੰਦੇ ਜਟਾਣੇ ਉਹਨਾਂ ਦਾ ਇਨਕਾਊਂਟਰ ਹੋ ਜਾਂਦਾ, ਔਰ ਜਦੋਂ ਬੋਡੀ ਜਟਾਣੇ ਪਹੁੰਚਦੀ ਆ ਤਾਂ ਉੱਥੇ ਵੀ ਕਾਫੀ ਇਕੱਠ ਹੁੰਦਾ, ਕਹਿੰਦੇ ਉਹ ਵੀ ਆਪਣੇ ਆਪ ਦੇ ਵਿੱਚ ਵੱਖਰੀ ਇੱਕ ਤਸਵੀਰ ਸੀ। ਪਿੰਡ 'ਚ ਅੱਗ ਉੱਗ ਵੀ ਲਾਈ ਆ ਨਾ, ਉਦੋਂ ਵੀ ਸਾਰਾ ਪਿੰਡ ਇਕੱਠਾ ਹੋ ਕੇ ਰੌਲਾ ਰੱਪਾ ਪੈਂਦਾ ਰਿਹਾ, ਕਈ ਦਿਨ ਲਗਾਤਾਰ ਚੱਲਦਾ ਰਿਹਾ, ਔਰ ਉਹ ਕਈ ਸਾਲਾਂ ਬੱਧੀ ਚੱਲਿਆ, ਕੋਈ ਛੋਟਾ ਮੋਟਾ ਨਹੀਂ ਚੱਲਿਆ। ਜਦੋਂ ਕੋਈ ਵੀ ਪਿੰਡ ਦੇ ਵਿੱਚ ਇਹੀ ਜਿਹੀ ਵਾਰਦਾਤ ਹੋਵੇ, ਔਰ ਲੋਕ ਜਿਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਣ, ਜੇ ਕੁਛ ਕੀਤਾ ਤਾਂ ਜਟਾਣੇ ਨੇ ਕੀਤਾ, ਉਹਦੇ ਮਾਂ ਬਾਪ ਜਾਂ ਉਹਦੀ ਮਾਸੀ ਆ ਉਹਨਾਂ ਨੇ ਤਾਂ ਕੁਛ ਨਹੀਂ ਕੀਤਾ, ਉਹਨਾਂ ਨੂੰ ਮਾਰਨ ਦਾ ਕੀ ਆਈਡੀਆ। ਉਹ ਸੋਚ ਸਮਝ ਆਪਣੀ ਜਿੰਨੀ ਕੁ ਉਹਨਾਂ ਦੀ ਸੋਚ ਸੀਗੀ, ਉਹਨਾਂ ਕਰਤਾ ਉਹਨਾਂ ਨੇ ਲੱਗਿਆ ਕਿ ਬਦਲਾ ਲੈਣਾ ਹੈ ਜਿਸ ਤਰੀਕੇ ਦਾ ਵੀ। ਉਹ ਗੱਲ ਇਹ ਆ ਵੀ ਉਹ ਐਦਾਂ ਸੀ ਕਿ ਇਹ ਅਸੀਂ ਇੰਸੀਡੈਂਟ ਕਰਾਂਗੇ ਤਾਂ ਜਟਾਣਾ ਨਿਕਲ ਕੇ ਬਾਹਰ ਆ ਜੂਗਾ ਜਾਂ ਕੁਛ ਉਹਦੇ ਵੱਲੋਂ ਐਕਸ਼ਨ ਲਊਗਾ, ਘਰ ਤਾਂ ਉਹਨੇ ਆ ਕੇ ਬੈਠਣਾ ਨਹੀਂ ਸੀ,
ਪਹਿਲਾਂ ਦਾ ਵੀ ਭਗੌੜਾ ਹੀ ਸੀ ਉਹ ਪਹਿਲਾਂ ਹੀ ਬੱਚਿਆ ਹੋਇਆ ਸੀ ਚੰਨਾ ਵੀ ਭਗੌੜਾ ਹੀ ਸੀ ਚੰਨੇ ਦਾ ਈਵਨ ਭਰਾ ਸੀ ਇਸ ਸਹੀ ਉਹ ਮਾਰਤਾ ਉਹਦੇ ਮਾਰੇ 'ਤੇ ਕਿਹੜਾ ਉਹ ਆਇਆ ਮਰਨ ਮੁਣਦੇ ਨਹੀਂ ਇਹ ਲੋਕ ਆਉਂਦੇ ਹੁੰਦੇ ਬਸ ਠੀਕ ਹੈ ਉਹਦੇ ਮਰਨ ਨਾਲ ਕੋਈ ਉਹਨੇ ਘਰਦਿਆਂ ਦੇ ਨਿਕਲ ਨਹੀਂ ਸੀ ਆਉਣਾ ਵੀ ਮੈਂ ਆ ਕੇ ਸਿੱਧਾ ਇਹਨਾਂ ਦੇ ਮੱਥੇ 'ਚ ਵੱਜਾ ਐਡੀ ਵੀ ਗੱਲ ਨਹੀਂ ਸੀਗੀ ਜਦੋਂ ਉਹਦਾ ਟਾਈਮ ਪੂਰਾ ਹੋਇਆ ਉਹ ਪਟਿਆਲੇ ਕਾਬੂ ਆ ਗਿਆ ਬਸ ਧੰਨਵਾਦ ਗੱਲਬਾਤ ਦੇ ਲਈ ਪਿੰਕੀ ਜੀ ਤਾਂ ਗੁਰਮੀਤ ਸਿੰਘ ਪਿੰਕੀ ਖਾਸ ਤੌਰ ਦੇ ਉੱਤੇ ਇਹਨਾਂ ਨਾਲ ਗੱਲਬਾਤ ਕਰਨ ਦਾ ਮੁੱਖ ਕਾਰਨ ਇਹੀ ਸੀ ਕਿਉਂਕਿ ਇਹਨਾਂ ਨੇ ਉਹ ਤਮਾਮ ਤਸਵੀਰ ਆਪਣੇ ਅੱਖਾਂ ਸਾਹਮਣੇ ਵੇਖੀ ਸੀ ਚੰਡੀਗੜ੍ਹ ਦੇ ਵਿੱਚ ਵੀ ਜਦੋਂ ਐੱਸ ਵਾਈ ਐੱਲ ਦੇ ਦਫ਼ਤਰ ਦੇ ਵਿੱਚ ਆ ਕੇ ਅਟੈਕ ਕੀਤਾ ਜਾਂਦਾ ਹੈ ਤਾਂ ਉਦੋਂ ਵੀ ਇਹਨਾਂ ਦੇ ਵੱਲੋਂ ਵੇਖਿਆ ਗਿਆ ਔਰ ਆਪ ਇਹਨਾਂ ਦੀ ਡਿਊਟੀ ਲਗਾਈ ਗਈ ਸੀ ਕਿ ਰਾਊਂਡ ਅਪ ਕੀਤਾ ਜਾਵੇ ਜਟਾਣਾ ਨੂੰ ਰਾਊਂਡ ਅਪ ਕੀਤਾ ਜਾਵੇ ਚੰਨੇ ਨੂੰ ਰਾਊਂਡ ਅਪ ਕੀਤਾ ਜਾਵੇ ਪਰ ਉਦੋਂ ਉਸ ਪੂਰੀ ਵਾਰਦਾਤ ਨੂੰ ਅੰਜਾਮ ਜੋ ਹੈ ਉਹ ਅਜੀਤ ਸਿੰਘ ਫੁਲੌਣਾ ਦੇ ਵੱਲੋਂ ਦੇ ਦਿੱਤਾ ਗਿਆ ਸੀ ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ